ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਮੁਲਾਕਾਤਾਂ ਹੋ ਰਹੀਆਂ, ਪਵਨ ਬੰਸਲ ਅਤੇ ਰਾਘਵ ਚੱਡਾ ਉਹਨਾਂ ਦੀ ਅੱਜ ਮੁਲਾਕਾਤ ਹੋਈ ਹੈ। ਬੰਸਲ ਸਾਹਿਬ, ਕੀ ਮੁਲਾਕਾਤ 'ਚ ਅੱਜ ਗੱਲਬਾਤ ਹੋਈ ਹੈ, ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਇਸ ਬਾਰੇ ਜਨਤਕ ਕੀਤੀ ਸੀ ਜਾਣਕਾਰੀ? ਸਿਰਫ ਇੱਕੋ ਹੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਜੋ ਹਰਕਤਾਂ ਕਰ ਰਹੇ ਨੇ ਗੈਰ ਲੋਕਤੰਤਰਿਕ, ਕਿਵੇਂ ਦੀ ਹਰਕਤਾਂ? ਕੱਲ੍ਹ ਦਾ ਤੁਹਾਨੂੰ ਪਤਾ ਲੱਗ ਰਿਹਾ, ਦਫ਼ਤਰ ਦੇ ਵਿੱਚ ਉੱਥੇ ਜ਼ਬਰਦਸਤੀ ਪਹੁੰਚ ਗਏ ਜਿਹੜੇ ਕਾਉਂਸਲਰ ਨੇ ਸਾਡੇ, ਉਹ ਕੋਈ ਬੱਚਾ ਨਹੀਂ ਹੈ, ਉਹ ਇੱਕ ਸੀਨੀਅਰ ਆਦਮੀ ਨੇ, ਮਤਲਬ ਇਨ ਦੀ ਸੈਂਸ ਕਿ ਪਹਿਲਾਂ ਇਲੈਕਸ਼ਨ ਲੜ ਲਏ, ਦੂਜੀ ਵਾਰ ਫਿਰ ਹੁਣ ਕਾਉਂਸਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਚੁਣਿਆ ਸੀ ਆਪਣੇ ਮੇਅਰ ਦੇ ਇਲੈਕਸ਼ਨ ਵਾਸਤੇ, ਉਹ ਕੋਈ ਬੱਚਾ ਨਹੀਂ ਹੈ। ਅਗਰ ਉਹ ਉੱਥੇ ਚਲੇ ਗਏ, ਪਹਿਲਾਂ ਤਾਂ ਪਿੱਛੇ ਉਹਨਾਂ ਦੇ ਫਾਦਰ ਹੋਰਾਂ ਨੂੰ ਉਹਨਾਂ ਨੂੰ ਗੁੰਮਰਾਹ ਕੀਤਾ ਕਿ ਤੁਹਾਡੇ ਬੇਟੇ ਨੂੰ ਉੱਥੇ ਟੋਰਚਰ ਕੀਤਾ ਜਾ ਰਿਹਾ ਹੈ। ਕੌਣ ਕਰ ਰਿਹਾ ਬੀਜੇਪੀ? ਭਾਰਤੀ ਜਨਤਾ, ਹੁਣ ਮੈਨੂੰ ਕੀ ਪਤਾ ਹੈ, ਬਟ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਮੈਂ ਪਾਰਟੀ ਕਹਿ ਰਿਹਾ, ਉਹਨਾਂ ਦੇ ਕੋਈ ਇੱਥੋਂ ਦੇ ਜਿਹੜੇ ਨੇਤਾ ਨੇ ਉਹ ਕਰ ਰਹੇ ਨੇ। ਅੰਦਰ ਜਾ ਕੇ ਉਹਨਾਂ ਨੇ ਫਿਰ ਜੋ ਦੰਗਾ ਕੀਤਾ, ਜੋ ਉੱਥੇ ਹਾਲਾਤ ਜੋ ਬਣਾਏ, ਕਾਂਗਰਸ ਦਾ ਕਾਉਂਸਲਰ ਹੈ, ਕਾਂਗਰਸ ਦੇ ਵਾਲਿਆਂ ਨਾਲ ਉਹ ਵਿਦਡਰਾਅ ਕਰਨ ਆ ਰਿਹਾ ਹੈ, ਮਾਹੌਲ ਤੁਸੀਂ ਇਸ ਤਰ੍ਹਾਂ ਦਾ ਬਣਾ ਦਿੱਤਾ, ਅਸੀਂ ਉਸ 'ਤੇ ਹੀ ਗੱਲਬਾਤ ਆਪਸ ਵਿੱਚ ਕਰ ਰਹੇ ਹਾਂ ਕਿ ਉਹ ਇਸ ਚੀਜ਼ ਦੇ ਵਿੱਚ ਕਾਮਯਾਬ ਨਾ ਹੋਣ, ਕਿ ਕੋਈ ਹੋਰ ਸ਼ਰਾਰਤ ਕਰ ਸਕਦੇ ਨੇ। ਕੱਲ ਵਾਲੀ ਤਾਂ ਉਹ ਕਾਮਯਾਬ ਹੋਏ ਨਹੀਂ, ਹੁਣ ਕੁਛ ਹੋਰ ਵੀ ਕਰ ਸਕਦੇ ਨੇ। ਹੋਰ ਕਿਸ ਤਰੀਕੇ ਤੁਹਾਨੂੰ? ਦੇਖੋ, ਹੁਣ ਇਹ ਤਾਂ ਪੁੱਛਣ ਵਾਲੀ ਗੱਲ ਨਹੀਂ ਹਾਲੇ, ਤਾਂ ਨਾ ਮੈਂ ਕੁਛ ਕਹਿਣ ਵਾਲਾ, ਸਾਨੂੰ ਆਪ ਕਈ ਗੱਲਾਂ ਦਾ ਉਹ ਨਹੀਂ ਪਤਾ ਲੱਗਦਾ ਜਦੋਂ ਕੋਈ ਗੱਲ ਹੁੰਦੀ ਹੈ, ਸਿਰਫ ਉਸ ਚੀਜ਼ 'ਤੇ ਗੱਲ ਕਰ ਰਹੇ ਹਾਂ ਕਿ ਅਸੀਂ ਵੇਖਣਾ ਹੈ ਕਿ ਉਹ ਆਪਣੇ ਇਹ ਨਾ ਪਾਕ ਇਰਾਦਿਆਂ ਦੇ ਵਿੱਚ ਕਾਮਯਾਬ ਨਾ ਹੋਣ, ਅਤੇ ਲੋਕਤੰਤਰਿਕ ਢੰਗ ਦੇ ਨਾਲ ਜਿਹੜੇ ਕਿ ਹੁਣ ਸਾਡੀ ਇੱਕ ਬਹੁਮਤ ਹੈ ਉਹਦੇ ਹਿਸਾਬ ਨਾਲ ਅਸੀਂ ਜਿੱਤ ਪਾਈਏ। ਕੱਲ੍ਹ ਇਲੈਕਸ਼ਨ ਹੈ, ਕੱਲ੍ਹ ਕੀ ਲੱਗਦਾ ਕਿ ਮੇਅਰ ਆਮ ਆਦਮੀ ਪਾਰਟੀ ਦਾ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਦੇ, ਇੰਡੀਆ ਅਲਾਇੰਸ ਜਿਹੜਾ ਸਾਡਾ ਗਰੁੱਪ ਹੈ, ਇੰਡੀਆ ਗਰੁੱਪ, ਉਹਦਾ ਤਿੰਨੋਂ ਦੇ ਤਿੰਨੋਂ ਇਸੀ ਢੰਗ ਨਾਲ ਆਣਗੇ ਜਿਵੇਂ ਤੁਸੀਂ ਦੱਸਿਆ ਹੈ। ਤੇ ਇਹ ਚੱਡਾ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਜੀ, ਕਿਉਂਕਿ ਉਹ ਪੰਜਾਬ ਦੇ ਸੰਸਦ ਨੇ? ਸਾਡੇ ਇਸੀ ਸੰਪਰਕ ਦੇ ਵਿੱਚ ਹੋਈ ਹੈ, ਹੋਰ ਪੰਜਾਬ ਦੀ ਕੋਈ ਗੱਲ ਨਹੀਂ ਹੋਈ, ਪੰਜਾਬ ਦੇ ਪ੍ਰਤੀ, ਪੰਜਾਬ ਦੀ ਰਾਜਨੀਤੀ ਬਾਰੇ ਕੋਈ ਵੀ ਨਹੀਂ ਹੋਈ, ਕਿਉਂਕਿ ਮੈਂ ਖੁਦ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਹਾਂ, ਮੈਂ ਤਾਂ ਸਿਰਫ ਇਹਦੇ ਬਾਰੇ ਹੀ ਗੱਲ ਛੱਡੀਆਂ। ਪਰ ਸੁਝਾਵ ਤੇ ਜ਼ਰੂਰ ਹੁੰਦਾ ਹੈ, 2 ਮਿੰਟ ਚਾਹੀਦੇ ਤੁਹਾਡੇ। ਕੋਈ ਵੀ ਨਹੀਂ ਹੋਈ ਗੱਲ, ਕੋਈ ਵੀ ਗੱਲ ਨਹੀਂ ਹੋਈ, ਜਦੋਂ ਮੈਂ ਕਹਿੰਦਾ ਤਾਂ ਤੁਸੀਂ ਮੈਨੂੰ ਪੁੱਛਿਆ, ਮੈਂ ਤੁਹਾਨੂੰ ਦੱਸ ਰਿਹਾ। ਤੁਸੀਂ ਬੰਸਲ ਸਾਹਿਬ ਬੜੇ ਸੀਨੀਅਰ ਲੀਡਰ ਹੋ, ਪੰਜਾਬ ਨੂੰ ਲੈ ਕੇ ਇੱਕ ਮੰਨਿਆ ਜਾਂਦਾ ਕਿ ਕਿਆ ਅਲਾਇੰਸ ਹੋਏਗਾ ਜਾਂ ਨਹੀਂ ਹੋਏਗਾ, ਤੁਹਾਨੂੰ ਨਹੀਂ ਦੱਸ ਸਕਦਾ। ਮੈਨੂੰ ਕੱਲਾ ਇੰਨਾ ਪਤਾ ਹੈ ਕਿ ਸਾਡੇ ਪੰਜਾਬ ਦੇ ਨੇਤਾ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਨ, ਉਹਨਾਂ ਨੇ ਇਹ ਗੱਲ ਆਪਣੀ ਉੱਥੇ ਕਨਵੇ ਕਰ ਦਿੱਤੀ ਹੈ ਦਿੱਲੀ ਦੇ ਵਿੱਚ, ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਹਾਈਕਮਾਂਡ ਹਰ ਇੱਕ ਚੀਜ਼ ਸਾਡੇ ਯੂਨਿਟਸ ਨਾਲ ਪੂਰੀ ਗੱਲਬਾਤ ਰਾਏ ਕਰਕੇ ਹੀ ਫਿਰ ਫੈਸਲੇ। ਪੋਸੀਬਲ ਹੈ ਕਿ ਪੰਜਾਬ ਦੇ ਅੰਦਰ ਅਲਾਈਂਸ? ਉਹ ਨਹੀਂ ਮੈਂ ਕੁਝ ਦੱਸ ਸਕਦਾ, ਉਹ ਮੈਨੂੰ ਨਹੀਂ ਪਤਾ, ਉਹ ਤੁਹਾਨੂੰ ਪੰਜਾਬ ਦੇ ਲੀਡਰਸ ਨੂੰ ਪੁੱਛਣਾ ਪਏਗਾ ਪਲੀਜ਼। ਤੇ ਇਹ ਇਸ ਚੀਜ਼ ਨੂੰ ਧਿਆਨ ਚ ਰੱਖਿਆ ਜਾਏਗਾ ਕਿ ਪੰਜਾਬ ਚ ਅਲਾਈਂਸ ਨਾ ਹੋਵੇ, ਚੰਡੀਗੜ੍ਹ ਚ ਹੋ ਜਾਏ, ਪੋਸੀਬਲ ਹੈ? ਗੱਲਾਂ ਦਾ ਕਰਨ ਦਾ ਫਾਇਦਾ ਨਹੀਂ ਮੈਥੋਂ ਪੁੱਛਣ ਦਾ, ਕੋਈ ਵੀ ਗੱਲ ਦਾ ਮੈਂ ਕਿਵੇਂ ਹੈਜ਼ਰਡ ਕਰਾਂ? ਵਿਰੋਧ, ਮੈਂ ਮੇਰਾ ਸਵਾਲ ਇਸ ਕਰਕੇ ਬੰਸਲ ਸਾਹਿਬ ਕਿ ਜਿਹੜਾ ਵਿਰੋਧ ਪੰਜਾਬ ਦੇ ਲੀਡਰ ਉਹਦਾ ਅਸਰ ਨਹੀਂ, ਅਸਰ ਚੰਡੀਗੜ੍ਹ, ਪਲੀਜ਼ ਅੰਡਰਸਟੈਂਡ, ਜਿਹੜੀ ਮੈਂ ਤੁਹਾਨੂੰ ਗੱਲ ਕਰਿਆ ਹੁਣ ਜ਼ਬਰਦਸਤੀ ਮੇਥੋਂ ਬੋਲਣ ਦਾ ਮੇਰਾ ਚੰਡੀਗੜ੍ਹ ਤੇ ਇਸਦਾ ਅਸਰ ਨਹੀਂ, ਕੋਈ ਅਸਰ ਨਹੀਂ ਹੈ ਇਸ ਚੀਜ਼ ਦਾ। ਚੰਡੀਗੜ੍ਹ ਦੇ ਆਪਣੇ ਅਲੱਗ ਇੱਕ ਸਟੈਂਡ ਅਲੋਨ ਹੈ, ਇਹ ਚੰਡੀਗੜ੍ਹ ਵਾਲਾ ਜੋ ਹੈ ਸਮਝੌਤਾ ਹੈ ਬਹੁਤ ਛੋਟਾ ਹੈ, ਇਹ ਇੱਕ ਅਲੱਗ ਅਲੱਗ ਚੀਜ਼ ਹੈ। ਇੰਡੀਆ ਅਸੀਂ ਪਲੀਜ਼ ਅਗਰ ਮੈਨੂੰ ਆਪਣੀ ਗੱਲ ਕਹਿ ਦਿਓ ਤਾਂ, ਨਹੀਂ ਤਾਂ ਤੁਸੀਂ ਆਪਣਾ ਬੋਲੀ ਜਾਓ। ਉਹ ਅਸੀਂ ਆਪਣੇ ਹਿਸਾਬ ਦੇ ਨਾਲ ਜਿਹੜੀ ਇੰਡੀਆ ਬਲੌਕ ਦੀ ਉੱਥੇ ਸ਼ੁਰੂਆਤ ਕੀਤੀ ਹੈ ਦੇਸ਼ ਦੇ ਵਿੱਚ, ਇਹ ਅੱਗੇ ਵਧੇਗੀ ਗੱਲ, ਸਾਨੂੰ ਇਹ ਉਮੀਦ ਹੈ। ਚੰਡੀਗੜ੍ਹ ਰਾਜਧਾਨੀ ਹੈ, ਵਿਰੋਧ, ਪਵਨ ਬੰਸਲ ਉਹਨਾਂ ਦੀ ਗੱਲਬਾਤ ਕਰ ਰਹੇ ਸੀ ਕਿ ਚੰਡੀਗੜ੍ਹ ਦੇ ਅੰਦਰ ਖਾਸ ਕਰਕੇ ਬੀਜੇਪੀ ਜੋ ਹੈ ਉਹ ਵਿਦਡਰੋਲ ਨੂੰ ਲੈ ਕੇ ਵੀ ਰਾਜਨੀਤੀ ਕਰ ਰਹੀ ਹੈ ਔਰ ਅਨਡੈਮੋਕ੍ਰੇਟਿਕ ਚੀਜ਼ਾਂ ਦੇ ਨਾਲ ਗਤੀਵਿਧੀਆਂ ਕਰ ਰਹੀ ਹੈ। ਕੱਲ੍ਹ ਮੇਅਰ ਦੀ ਇਲੈਕਸ਼ਨ ਹੈ, ਪਵਨ ਬੰਸਲ ਉਹਨਾਂ ਦੀ ਗੱਲਬਾਤ ਕਰ ਰਹੇ ਸੀ, ਅੱਜ ਰਾਘਵ ਚੱਡਾ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਨੇ ਔਰ ਮੁਲਾਕਾਤ ਚੰਡੀਗੜ੍ਹ ਬਾਬਤ ਹੋਈ ਹੈ। ਬੀਜੇਪੀ ਦੀ ਖਾਸ ਕਰਕੇ ਜੋ ਗਤੀਵਿਧੀਆਂ ਹੈ, ਇਹ ਕਹਿਣਾ ਹੈ ਕਿ ਉਸ 'ਤੇ ਗੱਲਬਾਤ ਹੋਈ ਹੈ, ਪੰਜਾਬ 'ਤੇ ਕੋਈ ਗੱਲਬਾਤ ਨਹੀਂ ਹੋਈ, ਕੋਈ ਚਰਚਾ ਨਹੀਂ ਹੋਈ ਔਰ ਨਾਲ ਹੀ ਪੰਜਾਬ ਦੇ ਅੰਦਰ ਜੋ ਅਲਾਇੰਸ ਨੂੰ ਲੈ ਕੇ ਚਰਚਾ ਹੈਗੀ ਹੈ ਅਤੇ ਉਹ ਖਾਸ ਕਰਕੇ ਉਸਦਾ ਅਸਰ ਵੀ ਨਹੀਂ ਹੋਏਗਾ ਕਿਉਂਕਿ ਚੰਡੀਗੜ੍ਹ ਦੇ ਅੰਦਰ ਚੀਜ਼ਾਂ ਡਿਫਰੈਂਟ ਹੈਗੀ ਹੈ, ਇਹ ਪਵਨ ਬੰਸਲ ਉਹਨਾਂ ਦਾ ਖਾਸ ਕਰਕੇ ਕਹਿਣਾ ਹੈ। ਕੈਮਰਾਮੈਨ ਜਤਿੰਦਰ ਸਿੱਧੂ ਨਾਲ ਅਮਨ ਭਾਰਦਵਾਜ, ਨਿਊਜ਼ 18, ਚੰਡੀਗੜ੍ਹ।